प्यारे बच्चों आज ਅਸੀਂ ਪਾਠ ਨੰਬਰ 1 ਸੋਨੇ ਰੰਗੀਆਂ ਧੁੱਪਾਂ ਪੜ੍ਹਨ ਜਾ ਰਹੇ ਹਾਂ ਅਸੀਂ ਪਹਿਲਾਂ ਇਹਦੀ ਪੀਡੀਐਫ ਦੇਖ ਚੁੱਕੇ ਹਾਂ ਪ੍ਰਸ਼ਨ ਉੱਤਰ ਵੀ ਕਰ ਚੁੱਕੇ ਹਾਂ ਇਹਦਾ ਵੀਡੀਓ ਟਿਊਟੋਰੀਅਲ ਜਿਹੜਾ ਸੀਗਾ ਅਸੀਂ ਪਹਿਲਾਂ ਨਹੀਂ ਕੀਤਾ ਸੀ ਤਾਂ ਅਸੀਂ ਅੱਜ ਉਹ ਵੀ ਅੱਜ ਕਰ ਰਹੇ ਹਾਂ ਆਪਣਾ ਕੰਪਲੀਟ ਇੱਕ ਕਵਿਤਾ ਹੈ ਸੋਨੇ ਰੰਗੀਆਂ ਧੁੱਪਾਂ ਜਿਸ ਵਿੱਚ ਕਵੀ ਨੇ ਆਪਣੇ ਦੇਸ਼ ਦੀ ਵਡਿਆਈ ਕੀਤੀ ਹੈ ਆਪਣੇ ਦੇਸ਼ ਦੀ ਸਿਫਤ ਕਰ ਰਿਹਾ ਹੈ ਉਹ ਉਹ ਆਪਣੇ ਦੇਸ਼ ਦੇ ਮਹਾਨ ਗੁਣ ਗਿਣਾ ਰਿਹਾ ਕਿ ਸਾਡੇ ਦੇਸ਼ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜਾ ਇਸ ਨੂੰ ਮਹਾਨ ਬਣਾਉਂਦੀਆਂ ਨੇ ਕਵੀ ਕਹਿੰਦਾ ਮੇਰਾ ਦੇਸ਼ ਮਹਾਨ ਜਿਹਦੀਆਂ ਸੋਨੇ ਰੰਗੀਆਂ ਧੁੱਪਾਂ ਛਾਵਾਂ ਨੇ ਵਰਦਾਨ ਕਹਿੰਦਾ ਇੱਥੇ ਜਿਹੜੀਆਂ ਧੁੱਪਾਂ ਨੇ ਉਹ ਸੋਨੇ ਰੰਗੀਆਂ ਪਵ ਸੁਨਹਿਰੀ ਰੰਗ ਦੀਆਂ ਧੁੱਪਾਂ ਨੇ ਖਿੜੀਆਂ-ਖਿੜੀਆਂ ਧੁੱਪਾਂ ਹੁੰਦੀਆਂ ਨੇ ਤੇ ਛਾਵਾਂ ਬਰਦਾਨ ਨੇ ਪਵਤ ਦਾਤ ਨੇ ਪ੍ਰਮਾਤਮਾ ਦੀ ਪ੍ਰਮਾਤਮਾ ਨੇ ਇੱਕ ਦਾਤ ਬਖਸ਼ੀ ਆ ਸਾਨੂੰ ਛਾਵਾਂ ਦੀ ਇਹਦੀ ਰੁੱਤਾਂ ਜਈਆਂ ਕਿਧਰੇ ਹੋਰ ਨਾ ਰੁੱਤਾਂ ਮਿਲੀਆਂ ਹਰ ਕੋਈ ਰੁੱਤ ਹੀ ਦਵੇ ਸੁਨੇਹਾ ਜਿਉਂ ਕਲੀਆਂ ਨੇ ਖਿਰੀਆਂ ਕਾ ਦੁਨੀਆਂ ਵਿੱਚ ਕਿਤੇ ਵੀ ਚਲੇ ਜਾਓ ਸਾਨੂੰ ਇਹੋ ਜੀਆਂ ਰੁੱਤਾਂ ਕਿਧਰੇ ਨਹੀਂ ਮਿਲਦੀਆਂ ਇੱਥੇ ਸਰਦੀ ਵੀ ਰੱਜ ਕੇ ਪੈਂਦੀ ਹੈ ਗਰਮੀ ਵੀ ਰੱਜ ਕੇ ਪੈਂਦੀ ਹੈ ਇੱਥੇ ਵਰਖਾ ਰੁੱਤ ਵੀ ਆਉਂਦੀ ਹੈ ਇੱਥੇ ਪਤਝੜ ਵੀ ਆਉਂਦਾ ਹੈ ਇੱਥੇ ਬਹਾਰ ਵੀ ਹੁੰਦੀ ਹੈ ਨਤੇ ਜਿਹੜੇ ਰੁੱਤਾਂ ਮਿਲਦੀਆਂ ਨੇ ਉਹ ਦੁਨੀਆ ਵਿੱਚ ਕਿਤੇ ਨਹੀਂ ਮਿਲਦੀਆਂ ਹਰ ਇੱਕ ਰੁੱਤ ਇੱਕ ਨਵਾਂ ਸੁਨੇਹਾ ਲੈ ਕੇ ਆਉਂਦੀ ਹੈ ਤੇ ਰੁੱਤਾਂ ਦੀ ਸੁੰਦਰਤਾ ਇਸ ਤਰ੍ਹਾਂ ਹੁੰਦੀ ਹੈ ਜਿਵੇਂ ਕਿ ਨਵੀਆਂ ਖਿਲ ਰਹੀਆਂ ਕਲੀਆਂ ਦੀ ਸੁੰਦਰਤਾ ਹੁੰਦੀ ਹੈ ਰੁੱਤਾਂ ਚੋਂ ਜਦੋਂ ਬਰੇ ਮੇਘਲਾ ਤੱਕੇ ਕੁੱਲ ਜਹਾਨ ਮੇਰਾ ਦੇਸ਼ ਮਹਾਨ ਆ ਰੁੱਤਾਂ ਵਿੱਚੋਂ ਜਦੋਂ ਮੇਘਲਾ ਪਾਵ ਬੱਦਲ ਜਦੋਂ ਮੀਂਹ ਵਰਸਦਾ ਹੈ ਤਾਂ ਸਾਰੀ ਦੁਨੀਆ ਨੂੰ ਦੇਖਦੀ ਹੈ ਕਿੰਨਾ ਸੋਹਣਾ ਨਜ਼ਾਰਾ ਹੁੰਦਾ ਹੈ ਇਸ ਲਈ ਮੇਰਾ ਦੇਸ਼ ਮਹਾਨ ਹੈ ਅੱਗੇ ਕਵੀ ਕਹਿੰਦਾ ਇੱਥੇ ਕਣਕਾਂ ਮੱਕੀਆਂ ਝੋਨੇ ਬਣਦੇ ਨੇ ਖੁਸ਼ਬੋਈਆਂ ਖਿੜੀਆਂ ਸਰੋਂਾਂ ਦੇਵਨ ਖੜੀਆਂ ਰੂਪਨਗਰ ਦੀਆਂ ਸੋਆਂ ਕਹਿੰਦਾ ਇੱਥੇ ਜਿਹੜੇ ਕਣਕਾਂ ਨੇ ਮੱਕੀਆਂ ਨੇ ਝੋਨੇ ਨੇ ਫਸਲਾਂ ਜਿਹੜੀਆਂ ਨੇ ਹਜ਼ਾਰੀਆਂ ਇੱਕ ਖੁਸ਼ਬੋਹਾਂ ਬਣਦੀਆਂ ਨੇ ਲਹਿਰਾਉਂਦੀਆਂ ਨੇ ਤੇ ਖਿੜੀਆਂ ਸਰੋਂਾਂ ਜਦੋਂ ਸਰੋਂ ਦੇ ਫੁੱਲ ਖਿੜਦੇ ਆ ਪੀਲੇ ਪੀਲੇ ਰੰਗ ਦੇ ਰੂਪਨਗਰ ਦੀਆਂ ਸੋਆਂ ਦਿੰਦੀਆਂ ਨੇ ਭਾਬ ਸਾਨੂੰ ਖਬਰਾਂ ਦਿੰਦੀਆਂ ਨਗੀਆਂ ਰੂਪਨਗਰ ਭਾਵ ਸੁੰਦਰਤਾ ਦਾ ਨਗਰ ਲੱਗਦਾ ਦਿਖਣ ਨੂੰ ਕਿ ਸਾਰੀ ਸੁੰਦਰਤਾ ਇੱਥੇ ਹੀ ਵਸਦੀ ਹੈ ਰਸ ਦੇ ਸੋਮੇ ਮਿੱਠੇ ਪੋਨੇ ਪਾਉਂਦੇ ਜਿੱਦਾਂ ਜਾਨ ਰਸ ਦਾ ਸੋਮਾ ਹੁੰਦਾ ਹੈ ਸਾਧਨ ਮਿੱਠੇ ਪੋਨੇ ਪੋਨਾ ਗੰਨੇ ਦੀ ਇੱਕ ਕਿਸਮ ਹੁੰਦੀ ਹੈ ਜਿਹੜਾ ਕਿ ਬਹੁਤ ਪੋਲਾ ਤੇ ਮਿੱਠਾ ਹੁੰਦਾ ਹੈ ਕਹਿੰਦਾ ਰਸ ਦੇ ਸਾਧਨ ਨੇ ਸਾਡੇ ਇੱਥੇ ਜਿਹੜੇ ਗੰਨੇ ਨੇ ਫਸਲਾਂ ਉਹਨੂੰ ਰਸ ਨੂੰ ਪੀ ਕੇ ਇੱਕ ਐ ਲੱਗਦਾ ਕਿ ਸਰੀਰ ਵਿੱਚ ਜਾਨ ਪੈ ਗਈ ਰਸਦੇ ਸੋਮੇ ਮਿੱਠੇ ਪੋਨੇ ਪਾਉਂਦੇ ਜਿੱਦਾਂ ਜਾਣ ਮੇਰਾ ਦੇਸ਼ ਮਹਾਨ ਅਗਲੀ ਜੋ ਪੈਰਾ ਹੈ ਕਵੀ ਦੱਸਦਾ ਕਵੀ ਰੁੱਖਾਂ ਦੀ ਗੱਲ ਕਰਦਾ ਇਹਦੇ ਰੁੱਖ ਨੇ ਗੱਲਾਂ ਕਰਦੇ ਦੱਸਦੇ ਇੱਕ ਕਹਾਣੀ ਕੌੜੇ ਰਿੱਠੇ ਮਿੱਠੇ ਹੋਏ ਸੁਣ ਅੰਮ੍ਰਿਤ ਜਿਹੀ ਬਾਣੀ ਕੌੜੇ ਰਿੱਠੇ ਮਿੱਠੇ ਹੋਣ ਦੀ ਘਟਨਾ ਜੋ ਹੈ ਸ੍ਰੀ ਗੁਰੂ ਨਨਕਦੇਵ ਜੀ ਨਾਲ ਜੁੜੀ ਹੋਈ ਹੈ ਉੱਥੇ ਉਹਨਾਂ ਨੇ ਰਿੱਠਾ ਇੱਕ ਬਹੁਤ ਕੌੜਾ ਫਲ ਹੁੰਦਾ ਹੈ ਭਾਵੇਂ ਉਹਨਾਂ ਨੇ ਆਪਣੀ ਕਰਨੀ ਨਾਲ ਆਪਣੇ ਭਗਤੀ ਨਾਲ ਕੋਲੇ ਰਿੱਠੇ ਵੀ ਮਿੱਠੇ ਕਰ ਦਿੱਤੇ ਸੀ ਢਾਈ ਅੱਖਰ ਨੇ ਪ੍ਰੇਮ ਦੇ ਹੁੰਦੇ ਸਭ ਤਾਨਾਂ ਦੇ ਤਾਣ ਮੇਰਾ ਦੇਸ਼ ਮਹਾਨ ਸੋ ਅਗਲਾ ਜੋ ਪੈਰਾ ਹੈ ਉਹਦੇ ਵਿੱਚ ਕਵੀ ਕਹਿੰਦਾ ਇਹਦੇ ਪਰਵਤ ਝੀਲਾਂ ਕੂਲਾਂ ਵਗਦੇ ਨੇ ਦਰਿਆ ਇਹਦੇ ਬੁੱਧ ਨਾਨਕ ਜਿਹੇ ਸੂਰਜ ਦੇਵਨ ਹਨੇਰ ਮਿਟਾ ਕਹਿੰਦਾ ਇੱਥੇ ਪਰਵਤ ਨੇ ਸੋਹਣੇ ਸੋਹਣੇ ਝੀਲਾਂ ਵਗਦੀਆਂ ਨੇ ਨਦੀਆਂ ਵਗਦੀਆਂ ਨੇ ਦਰਿਆ ਵਗਦੇ ਨੇ ਤੇ ਇੱਥੇ ਮਹਾਤਮਾ ਬੁੱਧ ਸ੍ਰੀ ਗੁਰੂ ਨਾਨਕ ਦੇਵ ਜੀ ਜਿਹੇ ਸੂਰਜ ਜਿਹੜੇ ਕਿ ਹਨੇਰ ਮਿਟਾ ਰਹੇ ਨੇ ਭਵ ਅਗਿਆਨਤਾ ਦਾ ਹਨੇਰ ਦੂਰ ਕਰਦੇ ਨੇ ਤੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਂਦੇ ਹਨ ਉਹਨਾਂ ਨੂੰ ਗਿਆਨ ਦਿੰਦੇ ਹਨ ਜਾਵਰਾ ਤਾਈ ਸਾਡੇ ਜੋਧੇ ਮਾਰਨ ਕਸਕਸ ਬਾਣ ਮੇਰਾ ਦੇਸ਼ ਮਹਾਨ ਜਾਵਰਾ ਭਵ ਜ਼ਾਲਮ ਲੋਕਾਂ ਦਾ ਹੀ ਜਿਹੜੇ ਲੋਕ ਜ਼ੁਲਮ ਕਰਦੇ ਐ ਜਾਲਮ ਲੋਕ ਉਹਨਾਂ ਨੂੰ ਸਾਡੇ ਯੋਧੇ ਜਿਹੜੇ ਨੇ ਉਹ ਕਸ ਕਸ ਕੇ ਪਾਓ ਖਿੱਚ ਖਿੱਚ ਕੇ ਬਾਣ ਤੀਰ ਮਾਰਦੇ ਐ ਤੇ ਸਾਡਾ ਦੇਸ਼ ਮਹਾਨ ਹੈ ਤੇ ਆਖਰੀ ਪੈਰੇ ਵਿੱਚ ਕਵੀ ਦੱਸਦਾ ਕਿ ਦਿਲ ਦੇ ਭਿਤਨਾ ਐਵੇਂ ਭੇੜੋ ਬੰਡੋ ਸਭ ਖੁਸ਼ਵੰਵਾਂ ਨਿੱਕੇ ਵੱਡੇ ਤਾਰੇ ਮਿਲ ਕੇ ਜਿੱਦਾਂ ਬੰਢਣ ਲੋਾਂ ਪ੍ਰੇਮ ਏਕਤਾ ਹੀ ਸੁਰਜੀਤ ਹੈ ਸੁੱਖਾਂ ਦੀ ਖਾਨ ਮੇਰਾ ਦੇਸ਼ ਮਹਾਨ ਸੁਰਜੀਤ ਇਸ ਕਵਿਤਾ ਦਾ ਕਵੀ ਹੈ ਦਿਲ ਦੇ ਪਿੱਤ ਪਿੱਤ ਪਵ ਦਰਵਾਜ਼ੇ ਕਾ ਦਿਲ ਦੇ ਦਰਵਾਜ਼ੇ ਬੰਦ ਨਾ ਰੱਖੋ ਪਵ ਤੰਗ ਦਿਲ ਨਾ ਬਣੋ ਖੁੱਲੇ ਦਿਲ ਦੇ ਇਨਸਾਨ ਬਣੋ ਸਭ ਨੂੰ ਗਲੇ ਲਗਾਓ ਸਭ ਖੁਸ਼ ਹੋਵੋ ਬਣੋ ਜਿਵੇਂ ਕਿ ਨਿੱਕੇ ਵੱਡੇ ਤਾਰੇ ਮਿਲ ਕੇ ਸਭ ਨੂੰ ਬਰਾਬਰ ਚਾਨਣ ਬਣਦੇ ਹਨ ਇਸ ਤਰ੍ਹਾਂ ਸਭ ਮਿਲ ਕੇ ਆਪਾਂ ਵੀ ਰਹੀਏ ਤਸਵੀਰ ਵਿੱਚ ਦੇਖਦੇ ਆਂ ਸੀ ਕਿ ਇੱਥੇ ਇਕਤਾ ਦਿਖਾਈ ਗਈ ਹੈ ਇੱਕ ਹਿੰਦੂ ਸਿੱਖ ਮੁਸਲਮਾਨ ਤੇ ਕ੍ਰਿਸਚੀਅਨ ਜਿਹੜੇ ਨੇ ਉਹ ਸਾਰੇ ਕਹਿੰਦਾ ਸੀ ਇਕਾਂ ਅਸੀਂ ਸਾਰੇ ਭਾਰਤੀਆਂ ਪ੍ਰੇਮ ਏਕਤਾ ਹੀ ਸਰਜੀਤ ਹੈ ਸੁੱਖਾਂ ਦੀ ਖਾਨ ਖਾਨ ਭਵ ਉਹ ਭੰਡਾਰ ਹੈ ਸੁੱਖਾਂ ਦਾ ਜਿੱਥੋਂ ਜਿੰਨਾ ਵੀ ਆਪਾਂ ਸਮਾਨ ਕੱਢੀ ਜਾਈਏ ਉਹ ਕਦੇ ਖਤਮ ਨਹੀਂ ਹੁੰਦਾ ਸੁੱਖ ਹੀ ਸੁੱਖ ਮਿਲਣਗੇ ਕਹਿੰਦਾ ਜੀ ਆਪਾਂ ਪ੍ਰੇਮ ਤੇ ਏਕਤਾ ਰੱਖਦੇ ਆ ਪ੍ਰੇਮ ਏਕਤਾ ਹੀ ਸਰਜੀਤ ਹੈ ਸੁੱਖਾਂ ਦੀ ਖਾਨ ਤੇ ਮੇਰਾ ਦੇਸ਼ ਮਹਾਨ ਇਸ ਤਰ੍ਹਾਂ ਕਵੀ ਨੇ ਇਸ ਕਵਿਤਾ ਰਹੀਂ ਆਪਣੇ ਦੇਸ਼ ਦੀ ਵਡਿਆਈ ਕੀਤੀ ਹੈ ਆਪਣੇ ਦੇਸ਼ ਦੇ ਸੁੰਦਰਤਾ ਦੇ ਨਜ਼ਾਰੇ ਪੇਸ਼ ਕੀਤੇ ਹਨ ਕਿ ਕਿਵੇਂ-ਕਿਵੇਂ ਸਾਡੇ ਦੇਸ਼ ਵਿੱਚ ਸੁੰਦਰ ਨਜ਼ਾਰੇ ਦੇਖਣ ਨੂੰ ਮਿਲਦੇ ਹਨ ਸੋ ਬੱਚਿਓ ਇਹ ਪਾਠ ਅਸੀਂ ਪੜ ਲਿਆ ਹੈ ਕਾਪੀ ਤੇ ਵੀ ਕਰ ਚੁੱਕੇ ਆ ਤੇ ਤੁਸੀਂ ਇਸ ਪਾਠ ਨੂੰ ਧਿਆਨ ਨਾਲ ਪੜਨਾ ਹੈ ਕਿਉਂਕਿ ਤੁਹਾਨੂੰ ਇਸ ਪਾਠ ਨਾਲ ਸੰਬੰਧਿਤ ਅੱਗੇ ਵਰਕਸ਼ੀਟ ਪਾਈ ਜਾਵੇਗੀ ਤੇ ਹੁਣ ਅਸੀਂ ਕਿ ਤਰ੍ਹਾਂ ਨਾ ਰਿਵੀਜ਼ਨ ਕਰ ਰਹੇ ਹਾਂ ਤੁਸੀਂ ਦੇ ਉੱਤਰ ਖੁਦ ਦੇਣੇ ਹੋਣਗੇ ਧੰਨਵਾਦ